ਹਾਂਜੀ ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ ਜੀ। ਕੀ ਹਾਲ ਮਾਲਕ ਦੇ ਪਿਆਰਿਓ, ਔਰ ਸੇਵਾ ਸਿਮਰਨ ਸਾਰਿਆਂ ਦਾ ਕਿਸ ਤਰ੍ਹਾਂ ਚੱਲ ਰਿਹਾ ਜੀ? ਸਾਰੇ ਪ੍ਰੇਮੀ ਵੀਰਾਂ ਨੂੰ, ਸਾਧ ਸੰਗਤ ਨੂੰ ਹੱਥ ਜੋੜ ਕੇ ਇਹ ਬੇਨਤੀ ਆ ਕਿ ਕਮੈਂਟ ਬਾਕਸ ਵਿੱਚ ਸਾਰਿਆਂ ਨੇ ਸਿਰਫ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਨਾਰਾ ਹੀ ਲਿਖਣਾ ਜੀ, ਕਿਉਂਕਿ ਇਹ ਨਾਰਾ ਰੂਹ ਦੀ ਖੁਰਾਕ ਹੈ। ਔਰ ਸਾਧ ਸੰਗਤ ਕਈ ਵਾਰ ਆਪਣੇ ਖਿਆਲ ਮੇਰੇ ਬਾਰੇ ਇੰਨੇ ਉੱਚੇ ਇੰਨੇ ਵੱਡੇ ਲਿਖ ਦਿੰਦੀ ਹੈ, ਤਾਂ ਉਹ ਇੱਕ ਪ੍ਰਸ਼ੰਸਾ ਹੈ ਔਰ ਪ੍ਰਸ਼ੰਸਾ ਮਨ ਦੀ ਖੁਰਾਕ ਹੈ। ਤਾਂ ਸਾਰਿਆਂ ਨੇ ਪਲੀਜ਼ ਕਮੈਂਟ ਬਾਕਸ ਵਿੱਚ ਸਿਰਫ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਨਾਰਾ ਲਾਉਣਾ ਹੈ। ਔਰ ਨਾਰਾ ਦੇਖਣ ਵਾਲੇ ਨੂੰ ਵੀ ਇੰਨਾ ਵਧੀਆ ਲੱਗੂਗਾ ਕਿ ਇੰਨੇ ਹਜ਼ਾਰਾਂ ਬੰਦਿਆਂ ਨੇ ਸਿਰਫ ਨਾਰਾ ਹੀ ਲਿਖਿਆ ਹੋਇਆ ਹੈ ਕਮੈਂਟ ਬਾਕਸ ਵਿੱਚ। ਤਾਂ ਹਾਂਜੀ, ਆਹ 2-3 ਦਿਨ ਤੋਂ ਦੇਖਣ ਵਿੱਚ ਆ ਰਿਹਾ ਹੈ, ਕਾਫੀ ਦੋਸਤਾਂ ਨੇ, ਪ੍ਰੇਮੀ ਵੀਰਾਂ ਨੇ ਮੇਰੇ ਇਨਬੋਕਸ ਵਿੱਚ ਮੈਸੇਜ ਕੀਤਾ ਕਿ ਬਾਈ ਜੀ ਤੁਹਾਡੇ ਦਰਬਾਰ ਪ੍ਰਤੀ ਗਾਏ ਹੋਏ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਰਿਪਲਾਈ ਕੀਤਾ ਹੋਇਆ ਹੈ, ਤਾਂ ਇਹਨਾਂ ਦਾ ਜਵਾਬ ਦਿਓ। ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਵਾਬ ਤਾਂ ਸ਼ਹਿਨਸ਼ਾਹ ਜੀ ਹੀ ਦੇ ਸਕਦੇ ਆ, ਔਰ ਆਪਾਂ ਨੂੰ ਦੁਆ ਕਰਨੀ ਚਾਹੀਦੀ ਕਿ ਜਵਾਬ ਸ਼ਹਿਨਸ਼ਾਹ ਜੀ ਹੀ ਦੇਣ। ਔਰ ਤਾਜ਼ਾ ਮਿਸਾਲ ਹੈ ਕਿ ਰਿਸ਼ੀ ਕਪੂਰ ਨੂੰ ਜਵਾਬ ਮਿਲਿਆ ਹੁਣੇ। ਉਹਨਾਂ ਵੀਰਾਂ ਨੂੰ ਮੈਂ ਸਿਰਫ ਇਹੀ ਕਹੂੰਗਾ ਕਿ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਜਿਨ੍ਹਾਂ ਨੇ ਖੂਬ ਨਿੰਦਿਆ ਕੀਤੀ ਹੈ। ਜਿੱਥੇ ਅਸੀਂ ਨਹੀਂ ਪਹੁੰਚ ਸਕਦੇ ਸੀਗੇ ਉਹਨਾਂ ਨੇ ਸਾਨੂੰ ਉੱਥੇ ਵੀ ਪਹੁੰਚਾਤਾ। ਉਹਨਾਂ ਲੋਕਾਂ ਨੂੰ ਵੀ ਸੁਣਾਤੀ ਰਾਮ ਨਾਮ ਦੀ ਗੱਲ ਜਿਨ੍ਹਾਂ ਦੇ ਕੰਨਾਂ 'ਤੇ ਕਾਲ ਦੀਆਂ ਮੋਹਰਾਂ ਲੱਗੀਆਂ ਹੋਈਆਂ ਸੀਗੀਆਂ। ਤਾਂ ਅੱਜ ਸੁਬਹਾ ਸੁਬਹਾ ਇੱਕ ਵੀਰ ਨੇ ਅਖਬਾਰ ਮੇਰੇ ਕੋਲ ਲੈ ਕੇ ਆਇਆ ਔਰ ਮੈਨੂੰ ਕਹਿੰਦਾ, ਬਾਈ ਜੀ ਤੁਸੀਂ ਤਾਂ ਕਹਿੰਦੇ ਸੀਗੇ ਵੀ ਰਿਸ਼ੀ ਕਪੂਰ ਦਾ ਸਟੂਡੀਓ ਸੜ ਗਿਆ, ਅਖਬਾਰ ਵਿੱਚ ਤਾਂ ਕੁਛ ਹੋਰ ਲਿਖਿਆ। ਅਖਬਾਰ ਵਾਲਿਆਂ ਨੇ ਥੋੜ੍ਹਾ ਜਿਹਾ ਗੋਲਮੋਲ ਜਿਹਾ ਕਰਕੇ ਲਿਖਤਾ ਕਿ ਰਾਜ ਕਪੂਰ ਦਾ ਸਟੂਡੀਓ ਸੜ ਗਿਆ, ਔਰ ਵਿੱਚ ਛੋਟਾ ਜਿਹਾ ਲਿਖਤਾ ਕਿ ਰਿਸ਼ੀ ਕਪੂਰ ਹੁਣ ਉਹਦਾ ਮਾਲਕ ਆ। ਵੀ ਜੇ ਰਿਸ਼ੀ ਕਪੂਰ ਹੀ ਉਹਦਾ ਮਾਲਕ ਆ, ਤੁਸੀਂ ਸਿੱਧਾ ਹੀ ਲਿਖ ਦਿਓ ਵੀ ਰਿਸ਼ੀ ਕਪੂਰ ਦਾ ਸਟੂਡੀਓ ਸੜ ਗਿਆ। ਮਤਲਬ ਇਹ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਰਿਸ਼ੀ ਕਪੂਰ ਨੇ ਥੋੜ੍ਹੇ ਦਿਨ ਪਹਿਲਾਂ ਆਪਣੇ ਦਰਬਾਰ ਦੇ ਪ੍ਰਤੀ ਟਵੀਟ ਕੀਤਾ ਸੀਗਾ ਕਿ ਦਰਬਾਰ ਦੀ ਸੰਪਤੀ ਜ਼ਬਤ ਕੀਤੀ ਜਾਵੇ। ਮਤਲਬ ਇਹ ਸੀਗਾ ਕਿ ਦੋਨਾਂ ਗੱਲਾਂ ਨੂੰ ਲੋਕ ਜੋੜਨ ਨਾਲ ਨਾ ਜੋੜਨ, ਪਰ ਲੋਕ ਬਹੁਤ ਸਿਆਣੇ ਆ, ਸਾਧ ਸੰਗਤ ਐਸੀਆਂ ਗੱਲਾਂ ਨੂੰ ਨਜ਼ਰਅੰਦਾਜ਼ ਥੋੜ੍ਹੀ ਕਰ ਸਕਦੀ। ਤਾਂ ਇੱਕ ਗੱਲ ਹੋਰ ਬਹੁਤ ਜ਼ਰੂਰੀ ਸੀ ਸਾਡਿਆਂ ਸਾਰਿਆਂ ਨਾਲ ਸਾਂਝੀ ਕਰਨੀ। ਕਈ ਵੀਰਾਂ ਦੇ ਬਹੁਤ ਜ਼ਿਆਦਾ ਮੈਸੇਜ ਆਏ ਆ ਕਿ ਕਾਲ ਦਾ ਬਹੁਤ ਜ਼ਿਆਦਾ ਜ਼ੋਰ ਹੈ। ਦਿਲਾਵਰ ਬਾਈ ਜੀ ਹੋਣੀ, ਵਿਨੀਤ ਜੀ ਹੋਣੀ, ਸਾਰੀ ਦੁਨੀਆ ਜਾਣਦੀ ਹੈ ਕਿ 25 ਅਗਸਤ ਨੂੰ ਉਹ ਦਰਬਾਰ ਵਿੱਚ ਸੀਗੇ, ਉਹਨਾਂ 'ਤੇ ਵੀ ਝੂਠਾ ਪਰਚਾ ਪਾਇਆ ਹੋਇਆ। ਤਾਂ ਸਾਰੇ ਵੀਰਾਂ ਨੇ ਇਹ ਕਿਹਾ ਕਿ ਬਾਈ ਜੀ ਹੋ ਸਕਦਾ ਤੁਹਾਡੀ ID ਬਲੌਕ ਹੋ ਜਾਵੇ, ID ਹੈਕ ਹੋ ਜਾਵੇ। ਤਾਂ ਸਾਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਗਰ ਕੋਈ ਇੱਦਾਂ ਦੀ ਘਟਨਾ ਹੁੰਦੀ ਹੈ ਤਾਂ ਉਸਨੂੰ ਯਕੀਨ ਵਿੱਚ ਨਹੀਂ ਲੈ ਕੇ ਆਉਣਾ ਗਾ, ਉਸਨੂੰ ਮੰਨਣਾ ਨਹੀਂ ਕਿ ਹਾਂ ਗੁਰਪ੍ਰੀਤ ਦਰਬਾਰ ਦੇ ਉਲਟ ਕੁਛ ਕਹਿ ਸਕਦਾ ਜਾਂ ਉਲਟ ਕੁਛ ਬੋਲ ਸਕਦਾ। ਤਾਂ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਝੂਠ ਉੱਪਰ ਸੱਚ ਦੀ ਜਿੱਤ ਹੋਈ ਹੈ ਤਾਂ ਇੱਕ ਨਵਾਂ ਤਿਉਹਾਰ ਲੋਕਾਂ ਦੇ ਸਾਹਮਣੇ ਆਇਆ, ਲੋਕਾਂ ਨੇ ਖੁਸ਼ੀ ਮਨਾਉਣ ਦਾ ਨਵਾਂ ਤਰੀਕਾ ਲੱਭਿਆ। ਔਰ ਸਾਰੇ ਪ੍ਰੇਮੀਆਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਕਿ ਤਿਆਰ ਰਹੋ, ਆਪਣੇ ਵਾਸਤੇ ਵੀ ਇੱਕ ਨਵਾਂ ਤਿਉਹਾਰ ਆ ਰਿਹਾ, ਆਪਾਂ ਨੂੰ ਵੀ ਖੁਸ਼ੀਆਂ ਦਾ ਇੱਕ ਨਵਾਂ ਰੂਪ ਮਿਲਣ ਲੱਗਾ, ਬਹੁਤ ਜਲਦੀ ਖੁਸ਼ੀਆਂ ਦਾ ਨਵਾਂ ਤਿਉਹਾਰ ਆਪਾਂ ਵੀ ਮਨਾਵਾਂਗੇ। ਤਾਂ ਉਹਨਾਂ ਲਫ਼ਜ਼ਾਂ ਨੂੰ, ਉਹਨਾਂ ਜਜ਼ਬਾਤਾਂ ਨੂੰ, ਉਹਨਾਂ ਭਾਵਨਾਵਾਂ ਨੂੰ ਇੱਕ ਕਵਿਤਾ ਦੇ ਜ਼ਰੀਏ, ਸ਼ਬਦ ਦੇ ਜ਼ਰੀਏ, ਗੀਤ ਦੇ ਜ਼ਰੀਏ ਸਾਰਿਆਂ ਨਾਲ ਸਾਂਝਾ ਕਰਨ ਲੱਗਿਆ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਇਤਿਹਾਸ ਗਵਾਹ ਹੈ, ਇਤਿਹਾਸ ਗਵਾਹ ਹੈ, ਤਿਉਹਾਰ ਨਵਾਂ ਇੱਕ ਫੇਰ ਆਊਗਾ। ਇਤਿਹਾਸ ਗਵਾਹ ਹੈ, ਤਿਉਹਾਰ ਨਵਾਂ ਇੱਕ ਫੇਰ ਆਊਗਾ। ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ।
ਜਦ ਬਾਬਰ ਸ਼ੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ। ਨਿੰਦਕਾਂ ਦੇ ਮੂੰਹ ਉੱਤੇ ਤਾਲੇ ਲੱਗਣ ਵਾਲੇ ਆ, ਸੂਤਰ ਸਾਤਰ ਸਾਰੇ ਵਾਣੀ ਭੱਜਣ ਵਾਲੇ ਆ, ਸੂਤਰ ਸਾਤਰ ਸਾਰੇ ਵਾਣੀ ਭੱਜਣ ਵਾਲੇ ਆ। ਦਿਨੇ ਦਿਹਾੜੇ ਅੱਖਾਂ ਅੱਗੇ ਹਨੇਰ ਆਊਗਾ, ਇਹਨਾਂ ਦੇ ਨੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ। ਕਾਲੀ ਰਾਤ ਏ ਜਗਮਗ ਜਗਮਗ ਜਗਣ ਵਾਲੀ ਏ, ਕੁੱਲ ਆਲਮ ਵਿੱਚ ਇਸ਼ਕ ਜਵਾਲਾ ਮਗਣ ਵਾਲੀ ਏ, ਕੁੱਲ ਆਲਮ ਵਿੱਚ ਪ੍ਰੇਮ ਦੀ ਜਵਾਲਾ ਮਗਣ ਵਾਲੀ ਏ। ਨੂਰ ਨੂਰਾਨੀ ਰੋਸ਼ਨੀਆਂ ਦਾ ਢੇਰ ਆਊਗਾ, ਨੂਰ ਨੂਰਾਨੀ ਰੋਸ਼ਨੀਆਂ ਦਾ ਢੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ। ਡੇਰੇ ਵਾਲੇ ਰਾਤੇ ਫੁੱਲ ਬਰਸਾਏ ਜਾਣੇ ਆ, ਸੱਚੇ ਸੌਦੇ ਦੇ ਰਾਤੇ ਫੁੱਲ ਬਰਸਾਏ ਜਾਣੇ ਆ, ਦੇਸੀ ਘਿਓ ਦੇ ਦੀਪ ਵੀ ਖੂਬ ਜਲਾਏ ਜਾਣੇ ਆ, ਦੇਸੀ ਘਿਓ ਦੇ ਦੀਪ ਵੀ ਖੂਬ ਜਲਾਏ ਜਾਣੇ ਆ। ਸੱਚ ਦਾ ਇਨਕਲਾਬ ਏ ਚਾਰ ਚੁਫੇਰ ਆਊਗਾ, ਸੱਚ ਦਾ ਇਨਕਲਾਬ ਏ ਚਾਰ ਚੁਫੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ। ਕੁਝ ਨਹੀਂ ਮੰਦਾ ਕਹਿੰਦੇ ਓਏ ਅਸੀਂ ਨਾਮ ਦੇ ਆਸ਼ਕ ਹਾਂ, ਉਸ ਸ਼ਾਹਾਂ ਦੇ ਸ਼ਾਹ, ਉਸ ਸ਼ਾਹਾਂ ਦੇ ਸ਼ਾਹ ਪਿਤਾ ਸਤਨਾਮ ਦੇ ਆਸ਼ਕ ਹਾਂ, ਉਸ ਸ਼ਾਹਾਂ ਦੇ ਸ਼ਾਹ ਪਿਤਾ ਸਤਨਾਮ ਦੇ ਆਸ਼ਕ ਹਾਂ। ਉਹ ਸੱਚ ਦਾ ਸੂਰਜ ਲੈ ਕੇ ਨਵੀਂ ਸਵੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ। ਇਤਿਹਾਸ ਗਵਾਹ, ਇਤਿਹਾਸ ਗਵਾਹ ਤਿਉਹਾਰ ਨਵਾਂ ਇੱਕ ਫੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ, ਮਿਸ਼ਨ ਫਤਿਹ ਕਰਕੇ ਜਦ ਬੱਬਰ ਸ਼ੇਰ ਆਊਗਾ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ।